ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਭ ਤੁਸੀਂ ਸਾਰੇ ਠੀਕ ਠਾਕ ਹੀ ਹੋਗੇ ਸੋ ਆਪਣੇ ਨਿਊ ਵਲੌਗ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਸੋ ਅੱਜ ਆਪਾਂ ਆਏ ਹੋਏ ਹਾਂ ਜਲੰਧਰ ਸ਼ਹਿਰ ਸਰੋਵਰ ਦੱਸ ਦਿਓ ਫਿਰ ਕਿੱਥੇ ਆਏ ਤੇ ਕੀ ਕਰਨਾ ਐਮਰਜੈਂਸੀ ਪ੍ਰੋਗਰਾਮ ਬਣਿਆ ਤੇ ਇੱਧਰ ਵੀਰ ਡਿਜ਼ਾਇਨ ਸਿਲੈਕਟ ਕਰੀ ਜਾਂਦਾ ਮੈਂ ਤੇ ਇਹਨੂੰ ਕਿਹਾ ਭਰਾਵਾ ਰਹਿਣ ਦੇ ਬਣਾਉਣ ਨੂੰ ਇਹ ਹੁਣ ਜਦ ਫੜੀ ਕਹਿੰਦਾ ਮੈਂ ਬਣਾਉਣਾ ਹੀ ਬਣਾਉਣਾ ਤੇ ਚਲੋ ਹੁਣ ਡਿਜ਼ਾਇਨ ਸਿਲੈਕਟ ਕਰਦੇ ਪਏ ਵੇਖੋ ਕਿਹੜਾ ਬਣਦਾ ਤੇ ਕਿਹੜਾ ਨਹੀਂ ਸੰਦੀਪ ਨੂੰ ਟੈਨਸ਼ਨ ਬਹੁਤ ਹੈ ਵੀ ਇੱਕ ਵਾਰੀ ਮਾਨਕਾ ਵੇ ਬੰਦਾ ਨਹੀਂ ਵੀਰੇ ਜਿਹੜੀ ਗੱਲ ਹੈਗੀ ਗੱਲ ਤੇ ਅੱਜ ਆਪਾਂ ਪਹੁੰਚੇ ਹੋਏ ਕਿੱਥੇ ਵੀਰੇ ਇੰਕ ਅਡਿਕਟ ਇਹ ਕਿਵੇਂ ਆ ਹੋਲਾ ਕਿਵੇਂ ਜਲੰਧਰ ਸ਼ਹਿਰ ਜ਼ਿੰਦਗੀ ਚੱਕਰੀ ਪਾਉਂਦਾ ਇਹਨਾਂ ਨੂੰ ਕਿ ਡੰਡ ਲਾਈ ਆਪਣੇ ਜ਼ਿੰਦਗੀ ਦਾ ਪੁੱਤ ਘਰੇ ਚੱਲ ਮਾਦਾ ਹੁਣੀ ਦੱਸਣਗੇ ਜ਼ਿੰਦਗੀ ਚ ਇੱਕ ਵਾਰੀ ਬਣਨਾ ਕਿ ਦੋ ਵਾਰੀ ਬਣਾਵਾ ਕਿੱਥੇ ਕਿਹੜੀ ਜਗ੍ਹਾ ਤੇ ਬਣਾਈਏ ਬਾਹਰ ਤੇ ਕਿੱਥੇ ਗਾ ਚਿੱਤੜਾ ਡਿਜ਼ਾਈਨ ਹੋ ਗਿਆ ਸਿਲੈਕਟ ਬਹੁਤ ਹੀ ਮੁਸ਼ਕਲ ਤੇ ਮਿਹਨਤ ਤੋਂ ਬਾਅਦ ਫੋਨ ਫਾਨ ਕਰਕੇ ਸਾਰਿਆਂ ਤੋਂ ਪੁੱਛ ਕੇ ਹਾਂ ਵੀ ਆਹ ਬਣਾਈਏ ਕਿ ਆਹ ਬਣਾਈਏ ਡਿਜ਼ਾਈਨ ਆਪਣਾ ਸਿਲੈਕਟ ਹੋ ਗਿਆ ਸੋ ਉਹ ਤੁਹਾਨੂੰ ਆਪਾਂ ਹੁਣ ਡਿਜ਼ਾਈਨ ਹੋ ਗਿਆ ਸਿਲੈਕਟ ਸੋ ਤੁਹਾਨੂੰ ਆਪਾਂ ਅੱਗੇ ਦਿਖਾਵਾਂਗੇ ਅੱਜ ਆਪਾਂ ਆਏ ਹੋਏ ਜਲੰਧਰ ਸ਼ਹਿਰ ਇੰਕ ਅਡਿਕਟ ਸੋ ਬਹੁਤ ਹੀ ਘੈਂਟ ਕੰਮ ਆ ਵੀਰ ਹੋਣਾ ਦਾ ਏ ਟੂ ਜੈਡ ਤੁਹਾਨੂੰ ਆਪਾਂ ਸਾਰਾ ਦਿਖਾਵਾਂਗੇ ਕਿਵੇਂ ਬਣਾਉਂਦੇ ਆ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਕੇਐਫਸੀ ਦੱਸ ਕੀ ਹੋਇਆ ਹੋਣਾ ਕੀ ਯਾਰ ਮੈਂ ਵਾਸ਼ਰੂਮ ਚੱਲਾਂ ਹੈਗਾ ਉਹ ਇੱਕ ਬੰਦੇ ਨੇ ਹੇ ਤੇ ਇੱਕ ਬੰਦੇ ਨੇ ਹਰ ਥੱਲੇ ਸ਼ਕਲ ਇੱਕੋ ਹੀ ਬਣਾਈਆਂ ਹੈਗੀਆਂ ਪਰ ਮੈਂ ਇੰਨਾ ਬਣਿਆ ਹੁੰਦਾ ਘਾਟੇ ਕਾਦੇ ਕਿ ਮੈਂ ਹੱਥ ਨੂੰ ਧੋ ਕੇ ਵਾਪਸ ਹੀ ਆ ਗਿਆ ਧੋ ਕੇ ਵਾਪਸ ਆ ਗਿਆ ਮੈਂ ਬਣਾ ਬਣਾਈਗਾ ਮੈਂ ਗਿਆ ਹੀ ਨਹੀਂ ਮੈਂ ਕੀ ਕਰਨਾ ਹੈ ਰੁਕੜੀਆਂ ਦੀਆਂ ਨਿਕਲਾਂਗਾ ਕਿੰਦੇ ਚੋਪਰ ਬਹਿ ਗਏ ਨੇ ਕੁਰਸੀ ਤੇ ਹੋ ਗਏ ਨੇ ਸਵਾਰ ਵਾਹ ਜੀ ਵਾਹ ਪਤਾ ਤਾਂ ਘਰੇ ਜਾ ਕੇ ਲੱਗੂ ਐਕਸਰਸਾਈਜ਼ ਜਦੋਂ ਮਾਤਾ ਹੁਣ ਕਰਾਈ ਨਾ ਗਾਲਾਂ ਪਈਆਂ ਓਏ ਤੈਨੂੰ ਤੇ ਪੈਣੀਆਂ ਪੈਣੀਆਂ ਨੇ ਨਾਲ ਮੈਨੂੰ ਵੀ ਪੁਆਏ ਮੇਰੇ ਵੱਡੇ ਤੂੰ ਖਾ ਲਈ ਬਾਈ ਇਹਨੂੰ ਮੈਂ ਦੱਕ ਦੇ ਟੱਕੀ ਰੱਖਣਾ ਨਾ ਇਹਨੂੰ ਮੈਂ ਨਹਾਉਣਾ ਤੱਕ ਹੀ ਨਹੀਂ ਚੱਲੂ ਉਹਦਾ ਛੱਡੋ ਪਾਣੀ ਦਾ ਕੈਸਾ ਫੀਲ ਹੋ ਰਿਹਾ ਹੈ ਰਹਿੰਦੀ ਮੈਂ ਪੱਕਾ ਰਹਿੰਦੀ ਬਣਾਉਣ ਨੂੰ ਚੈੱਕ ਕਰਕੇ ਤੇ ਇਧਰ ਤਾਂ ਤੁਹਾਨੂੰ ਪਤਾ ਕੰਮ ਬਾ ਕਮਾਲ ਹੀ ਹੁੰਦਾ ਕਹਿੰਦੇ ਸਨੋਵਰ ਦੇ ਕਬੂਤਰ ਪੂਰੀਆਂ ਬਾਜੀਆਂ ਪਾਈ ਜਾਂਦਾ ਗੁੱਲਾ ਕੇ ਲੱਗਾ ਮੀਨਿੰਗ ਕਬੂਤਰ ਦੇ ਖੰਭ ਚਾੜ ਦੇਣੇ
ਆਪਣਾ ਹੋ ਗਿਆ ਪੂਰਾ ਕੰਪਲੀਟ ਤੇ ਸਨੋਵਰਾ ਕਿਥੋਂ ਬਣਾਇਆ ਇਨਕਾਡਿਕਟ ਟੈਟੂ ਜਲੰਧਰ ਸ਼ਹਿਰ ਮਾਡਲ ਟਾਊਨ KFC ਦੇ ਜਮਾ ਆਪੋਜ਼ਿਟ ਸਾਈਡ ਇੱਧਰ ਕਰ ਦਿੱਤਾ ਪੈਕਿੰਗ ਹੋ ਗਈ ਪੈਕਿੰਗ ਪੈਕਿੰਗ ਕਿਤਾ ਤੇਰੀ ਬੰਦ ਕਰੇ ਜਾ ਕੇ ਹੋਣੀ ਉਹ ਵੀ ਵੇਖ ਲਓ ਉਹ ਬਲੌਗ ਚ ਦੇਖਿਓ ਅੱਗੇ ਕਰੇ ਜਾ ਕੇ ਘਰ ਦਿਆਂ ਦੇ ਕੀ ਰਿਐਕਸ਼ਨ ਹੁੰਦਾ ਮੈਨੂੰ ਪਤਾ ਪੈਣੀ ਆ ਤਾਂ ਗਾਲਾਂ ਹੀ ਇਹਨੂੰ ਵੀ ਪੈਣੀ ਨਾਲੇ ਨਾ ਮੇਰੇ ਇਹਨੇ ਖਾਮ ਖਾਈ ਪਵਾ ਦੇਣੀ ਸੋ ਬਹੁਤ ਹੀ ਘੈਂਟ ਕੰਮ ਆ ਵੀਰ ਹੋਣਾ ਦਾ ਸੋ ਜੇ ਤੁਸੀਂ ਵੀ ਬਣਾਉਣਾ ਤੇ ਇੱਥੇ ਵਿਜ਼ਿਟ ਕਰ ਸਕਦੇ ਹੋ ਬਹੁਤ ਹੀ ਘੈਂਟ ਸਫਾਈ ਨਾਲ ਕੰਮ ਕੀਤਾ ਜਾਂਦਾ ਸੋ ਬਾਕੀ ਅੱਗੇ ਜਾ ਕੇ ਵੇਖੋ ਘਰੇ ਹੁਣ ਕੀ ਰਹਿ ਗਿਆ ਮੈਂ ਨਹਾਉਣ ਨਹਾਲਾ ਜਾ ਕੇ ਤੇ ਕੋਈ ਚੱਕਰ ਨਹੀਂ ਅੱਗੇ ਕਿਹੜਾ ਨਹਾਉਣ ਅੱਜ ਤਾਂ ਨਹਾਉਣਾ ਹੀ ਆ ਮਸਿਆ ਮਸਿਆ ਵਾਲੇ ਦੇ ਨਹਾਉਣਾ ਮਿੱਤਰੋ ਜਲੰਧਰ ਹੋ ਗਏ ਥੋੜਾ ਲੇਟ ਉੱਥੇ ਆਪਾਂ ਥੋੜੀ ਸ਼ੋਪਿੰਗ ਕਰਕੇ ਆਏ ਆ ਇੱਕ ਉਹ ਪਈਆਂ ਚੱਪਲਾਂ ਲਈਆਂ ਸ਼ੋਪਿੰਗ ਭਾਵੇਂ ਪਤਾ ਕੀ ਕੀ ਲਿਆਂਦਾ ਇੱਕ ਮੈਂ ਆਪਦੇ ਵਾਸਤੇ ਲਈਆਂ ਇੱਕ ਬੇਬੇ ਵਾਸਤੇ ਚੱਪਲਾਂ ਕੋਈ ਪਤਾ ਨੀ ਜਾ ਕੇ ਅਸੀਂ ਸੌ ਜਾਈਏ ਦੱਸੀਏ ਮਿੱਤਰੋ ਘਰੇ ਆ ਗਏ ਆ ਘਰ ਦੇ ਸੌ ਗਏ ਆ ਸ਼ਾਇਦ ਇੱਕ ਮੁੰਡਾ ਆਪਣਾ ਜਾਗਦਾ ਹੋਵੇ ਵੱਡਾ ਭਰਾ ਆਪਣਾ ਹਨੇਰਾ ਹੋਇਆ ਪਿਆ ਘਰੇ ਚੱਲ ਚੱਲ ਮਤਲਬ ਪੁੱਛਿਆ ਤੈਨੂੰ ਫੜਨ ਲੱਗਾ ਹੀ ਉੱਡ ਗਿਆ ਆ ਤੂੰ ਏਦਾਂ ਹੀ ਫੜਨ ਲੱਗਾ ਉੱਡ ਗਿਆ ਡੈਡੀ ਨੂੰ ਪੁੱਛਿਆ ਸੀਗਾ ਪਹਿਲਾਂ ਫੋਨ ਲਾਇਆ ਡੈਡੀ ਕਿਹਾ ਮੈਂ ਬਣਾਉਣਾ ਡੈਡੀ ਕਹਿੰਦਾ ਬਣਾ ਲਾ ਕੋਈ ਨੀ ਕਿਹਾ ਬਣਾ ਲੋ ਮੈਂ ਫੋਨ ਲਾਇਆ ਡੈਡੀ ਚੱਕਿਆ ਨੀ ਸੀਗਾ ਨਾ ਡੈਡੀ ਸਟਾਫ ਨੇ ਦਿੱਤਾ ਫੋਨ ਚੱਕਿਆ ਨੀ ਲਾਇਆ ਪੈਸੇ ਸਨੋਵਰ ਮੇਰੇ ਕਿੱਥੇ ਆ ਗਏ ਉਹ ਜੀ ਫਾਈਨਲੀ ਆ ਗਏ ਸੈਕਿੰਡ ਹੋਮ ਜਿੱਥੋਂ ਮਿਲਣਾ ਸੈਕਿੰਡ ਪ੍ਰਸ਼ਾਦ ਉਹ ਤੋਂ ਘੱਟ ਮਿਲਿਆ ਇੱਥੋਂ ਜ਼ਿਆਦਾ ਮਿਲਣਾ ਥੋੜਾ ਜ਼ਿਆਦਾ ਮਿਲੂਗਾ ਤੇ ਇੱਥੇ ਜਾ ਕੇ ਵੇਚਦੇ ਫਿਰ ਕੀ ਬਣ ਤੇ ਅੱਗੇ ਥੱਲੇ ਹੋਣੇ ਹੁਣ ਤਾਂ ਥੱਲੇ ਚੱਟ ਜਿਹੜੀ ਲੱਗੀ ਮੈਂ ਕਬੂਤਰ ਨੂੰ ਪਿੰਜਰੇ 'ਚ ਧਾਰਨਾ ਹੁਣ ਤੇ ਹੁਣ ਆ ਗਏ ਆਪਾਂ ਆਪਦੇ ਘਰੇ ਹੁਣ ਇੱਥੇ ਵੇਖਦੇ ਕੀ ਬਣਦਾ ਤੇ ਕੀ ਨਹੀਂ ਬਣਦਾ ਚੱਲ ਵੀ ਸਨੋਵਰ ਬਾਹਰ ਖੋਲਦੇ ਆ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਸਰਪ੍ਰਾਈਜ਼ ਦੇਣਾ ਚੱਲ ਵੀ ਸਨੋਵਰਾ ਦਿਖਾ ਦੇ ਫਿਰ ਬੇਬੇ ਬੇਬੇ ਭਾਵੇਂ ਹੈਗਾ ਕੀ ਆ ਵੇਖੀ ਘੁੱਗੀ ਬੇਬੇ ਮੈਂ ਬੇਬੇ ਮੈਂ ਬੜਾ ਸਮਝਾਇਆ ਕਿ ਨਾ ਬਣਾ ਨਾ ਬਣਾ ਇਹ ਹਟਿਆ ਹੀ ਨੀ ਬੇਬੇ ਕੀ ਕੋਈ ਗੱਲ ਬਣਦੀ ਕੀ ਘੁੱਗੀ ਬਣਾ ਲਈ
ਥੁੜਿਆ ਵੀ ਕੀ ਸੀਗਾ? ਓਹੀ ਤਾਂ ਗੱਲ ਆ ਬੇਬੇ, ਦੱਸ ਹੁਣ ਯਾਰ ਕੀ ਆ ਬੇਬੇ ਸ਼ੌਂਕ ਆ ਯਾਰ? ਇਹ ਵਾ ਸ਼ੌਂਕ ਆ, ਸ਼ੌਂਕ ਹੋਰ ਕੱਪੜੇ ਲੀੜੇ ਦਾ, ਜੁੱਤੀ ਜੋੜੇ ਦਾ ਸ਼ੌਂਕ ਆ, ਆਪਣੀ ਸਿਹਤ ਦਾ ਸ਼ੌਂਕ ਆ, ਆਹ ਥੋੜਾ ਸ਼ੌਂਕ ਆ ਸਿਹਤ ਦਾ। ਮੈਂ ਤਾਂ ਹਾਰਮਨ ਦੇ ਵਾ ਇੱਥੇ ਤਾਜਮਹਿਲ ਨੀ, ਉਹ ਕਰਾਉਣ ਇਧਰ ਵੇ, ਕਰਾਉਣ ਕਿੰਗ ਕੀ ਕਰਾਉਣ ਇਹ ਤਾਂ ਤਾਂ ਬਣਾਈ ਦਾ ਜੇ ਕੋਈ ਬੰਦਾ ਗੁਆਚ ਜੇ ਤਾਂ ਥਿਆ ਜੇ ਬੇਬੇ ਜੀ ਨੂੰ ਨਿਊ ਐਪਲ ਵਾਚ ਤੇ 2:51 ਤੇ ਨੂੰ ਚਪਲਾਂ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਥੈਂਕ ਯੂ ਸੋ ਮਚ। ਲਓ ਜੀ ਕੁੱਤੇ ਖਾਣੀ ਤਾਂ ਬੜੀ ਹੋ ਗਈ ਆ, ਟੈਟੂ ਪਿੱਛੇ ਆ ਵੇਖ ਲਓ, ਬਹੁਤ ਮੇਰਾ ਨਾਂ ਲਾਈ ਜਾਵੇ ਘੁੱਗੀ ਜੀ ਬਣਾ ਕੇ, ਐਵੇਂ ਮੈਂ ਸਾਰੇ ਤੇਰੀ ਪਾਏਗੇ। ਬਾਕੀ ਗੱਲਾਂ ਛੱਡੋ, ਬਾਕੀ ਤੁਸੀਂ ਦੱਸੋ ਵਲੌਗ ਕਿੱਦਾਂ ਲੱਗਾ, ਕਮੈਂਟ ਕਰਕੇ ਜ਼ਰੂਰ ਦੱਸੋ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਹੌਸਲਾ ਅਫਜ਼ਾਈ ਕਰਿਆ ਕਰੋ ਕਿ ਫੇਰ ਅਸੀਂ ਹੋਰ ਇਦੋਂ ਵੀ ਵਧੀਆ ਵਧੀਆ ਵਲੌਗ ਬਣਾਈਏ। ਬਾਕੀ ਤੁਸੀਂ ਦਿਨ ਖੜ ਜਾਓ, ਪੂਰਾ ਘੈਂਟ ਵਲੌਗ ਆਉਣਗੇ ਪੂਰੇ ਤਗੜੇ, ਬਸ ਬੈਕ ਟੂ ਬੈਕ ਹੁਣ ਨਵੇਂ ਵਲੌਗ ਆਈ ਜਾਣੇ ਆਪਾਂ ਇੱਕ ਦੋ ਦਿਨਾਂ ਬਾਅਦ ਜਾਣਾ, ਇੰਡੀਆ ਦੂਰ ਉੱਥੇ ਆਉਣੇ ਤੇ ਨਵੇਂ ਨਵੇਂ ਵਲੌਗ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਵਲੌਗ ਕਿੱਦਾਂ ਲੱਗਿਆ। ਥੈਂਕ ਯੂ।